ਸਾਹਿਬ ਜੀ ਕਹਿੰਦੇ ਨੇ ਹੁਣ ਕਿਸ ਅੱਗੇ ਅਰਦਾਸ ਕਰੀਏ, ਕਿਸ ਅੱਗੇ? ਸਾਹਿਬ ਜੀ ਇਹ ਫਰਮਾਉਂਦੇ ਨੇ ਕਿ ਅਰਦਾਸ ਉਸ ਦੇ ਅੱਗੇ ਕਰਨੀ ਹੈ ਜਿਹੜਾ ਸਮਰਥ ਹੈ, ਅਰਦਾਸ ਉਸ ਦੇ ਅੱਗੇ ਕਰਨੀ ਹੈ ਜਿਹੜਾ ਸਾਰੇ ਜਗਤ ਦਾ ਮਾਲਕ ਹੈ, ਮੰਗਣਾ ਉਸੇ ਤੋਂ ਹੈ ਜਿਹੜਾ ਸਾਰੇ ਜਗਤ ਨੂੰ ਦੇ ਰਿਹਾ ਹੈ, ਅਰਦਾਸ ਉਸ ਦੇ ਚਰਨਾਂ ਵਿੱਚ ਕਰਨੀ ਹੈ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਅਰਦਾਸ ਉਸ ਦੇ ਅੱਗੇ। ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਐਮਨਾਬਾਦ ਦੀ ਧਰਤੀ 'ਤੇ ਬਾਬਰ ਨੇ ਕਹਿ ਦਿੱਤਾ ਤੁਸੀਂ ਮੰਗ ਲਵੋ ਜੋ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਹੱਸ ਪਏ ਅਤੇ ਹੱਸਦੇ ਹੋਏ ਕਹਿੰਦੇ ਨੇ ਕਿ ਅਸੀਂ ਮੰਗਤੇ ਉਸੇ ਦੇ ਦਰ 'ਤੇ ਹਾਂ, ਪ੍ਰਭੂ ਦੇ ਦਰ 'ਤੇ, ਨਿਰੰਕਾਰ ਦੇ ਦਰ 'ਤੇ, ਜੋ ਮੰਗਣਾ ਉਸ ਦਾਤੇ ਪਾਸੋਂ ਮੰਗਣਾ ਹੈ, ਉਸ ਦਾਤੇ ਪਾਸੋਂ, ਕਿਉਂਕਿ ਹਰ ਇੱਕ ਦਾ ਮਾਲਕ ਉਹ ਹੈ, ਹਰ ਇੱਕ ਦਾ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ, ਕਹਿੰਦੇ ਨੇ ਕਿ ਜਦੋਂ ਜਮਰਾਉਦ ਨੂੰ ਜਿੱਤਣ ਵਾਸਤੇ ਜਾ ਰਹੇ ਨੇ ਅਤੇ ਮਾਰਗ ਵਿੱਚ ਕਿਸੇ ਸੰਤ ਦਾ ਆਸ਼ਰਮ ਹੈ, ਡੇਰਾ ਹੈ, ਆਤਮਾ ਦੇ ਵਿੱਚੋਂ ਆਵਾਜ਼ ਆਉਂਦੀ ਹੈ ਕਿ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਅਰਜ਼ ਕੀਤੀ ਜਾਵੇ, ਅਰਦਾਸ ਕੀਤੀ ਜਾਵੇ। ਜਦੋਂ ਮਹਾਂਪੁਰਸ਼ਾਂ ਦੇ ਦਰ 'ਤੇ ਜਾ ਕੇ ਅਰਜ਼ ਕਰਦੇ ਨੇ ਅਤੇ ਮਹਾਂਪੁਰਸ਼ ਵੀ ਕਹਿ ਦਿੰਦੇ ਨੇ ਨਿਰੰਕਾਰ ਦੀ ਰਹਿਮਤ ਹੋਵੇਗੀ, ਤੇਰੀ ਜਿੱਤ ਹੋਵੇਗੀ, ਅਰਦਾਸ ਕਰਦੇ ਨੇ, ਕਿਉਂਕਿ ਅਰਦਾਸ ਜਦੋਂ ਕੀਤੀ ਜਾਵੇ ਇੱਕ ਮਨ ਇੱਕ ਚਿੱਤ ਹੋ ਕੇ, ਕਹਿੰਦੇ ਨੇ ਭਾਵੇਂ ਮਾਰਗ ਦੇ ਵਿੱਚ ਕਿਤਨੀ ਵੀ ਰੁਕਾਵਟ ਹੋਵੇ, ਕਿਤਨੀ ਵੀ ਅਟਕ ਹੋਵੇ, ਉਹ ਅਟਕ ਵੀ ਖਤਮ ਹੋ ਜਾਂਦੀ ਹੈ ਅਰਦਾਸ ਦੇ ਨਾਲ। ਔਰ ਅਟਕ ਦਰਿਆ ਭਾਵੇਂ ਸ਼ਿਖਰ 'ਤੇ ਸੀ, ਕਹਿੰਦੇ ਨੇ ਸਿੱਖਾਂ ਨੇ ਉੱਥੇ ਵੀ ਅਰਦਾਸ ਕੀਤੀ, ਅਟਕ ਵੀ ਇੱਕ ਪਾਸੇ ਹੋ ਗਿਆ, ਦਰਿਆ ਵੀ ਮਾਰਗ 'ਤੇ ਦਿੰਦਾ ਹੈ ਅਰਦਾਸ ਦੇ ਨਾਲ। ਤਾਂ ਮੈਂ ਅਰਜ਼ ਕਰ ਰਿਹਾ ਸੀ, ਮਹਾਂਪੁਰਸ਼ਾਂ ਨੇ ਅਰਦਾਸ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਆਪਣੀ ਫੌਜ ਲੈ ਕੇ ਜਾਂਦੇ ਨੇ, ਜਿੱਤ ਹਾਸਲ ਹੋਈ ਅਤੇ ਮਨ ਵਿੱਚ ਫਿਰ ਖਿਆਲ ਆਇਆ ਕਿ ਕਿਉਂ ਨਾ ਇੱਕ ਵਾਰ ਫਿਰ ਮਹਾਂਪੁਰਸ਼ਾਂ ਦੇ ਕੋਲ ਜਾਇਆ ਜਾਵੇ। ਜਦੋਂ ਮਹਾਂਪੁਰਸ਼ਾਂ ਦੇ ਕੋਲ ਜਾਂਦੇ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਨੇ, ਮਹਾਰਾਜ ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦਾ ਹਾਂ। ਮਹਾਂਪੁਰਸ਼ ਹੱਸ ਪਏ ਅਤੇ ਹੱਸਦੇ ਹੋਏ ਕਹਿੰਦੇ ਨੇ, ਤੁਸੀਂ ਕੀ ਦੇ ਸਕਦੇ ਹੋ, ਕੀ ਦੇ ਸਕਦੇ ਹੋ? ਅਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਨੇ, ਤੁਸੀਂ ਜੋ ਵੀ ਮੰਗ ਲਓ, ਜੋ ਵੀ ਮੰਗ ਲਓ, ਮੈਂ ਦੇਣ ਲਈ ਤਿਆਰ ਹਾਂ, ਜੋ ਵੀ ਮੰਗ ਲਓ। ਅਤੇ ਮਹਾਂਪੁਰਸ਼ ਕੀ ਕਹਿੰਦੇ ਸੀ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਤਾਂ ਤੂੰ ਇੱਥੇ ਮੰਗਣ ਆਇਆ ਸੀ, ਮੰਗਣ ਆਇਆ ਸੀ, ਜਦੋਂ ਤੂੰ ਇੱਥੇ ਮੰਗਣ ਆਇਆ ਸੀ ਤਾਂ ਤੂੰ ਮੈਨੂੰ ਕੀ ਦੇ ਸਕਦਾ ਹੈ, ਕੀ ਦੇ ਸਕਦਾ? ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਚੁੱਕ ਗਈਆਂ, ਚੁੱਕ ਗਈਆਂ। ਕਹਿੰਦੇ ਨੇ ਮੰਗਣਾ ਉਸ ਤੋਂ ਮੰਗਣਾ ਹੈ, ਜੇਕਰ ਇੱਕ ਐਸੀ ਤਾਕਤ, ਇੱਕ ਐਸੀ ਹਸਤੀ ਜਿਹੜੀ ਖੁਦ ਵੀ ਡਰ ਵਿੱਚ ਹੈ, ਉਸ ਤੋਂ ਕੀ ਮੰਗਣਾ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਨਿਰਭਉ ਜਪੈ ਸਗਲ ਭਉ ਮਿਟੈ। ਜਿਹੜਾ ਵੀ ਮਨੁੱਖ ਨਿਰਭਉ ਨੂੰ ਜਪਦਾ ਹੈ ਉਹਦੇ ਸਾਰੇ ਡਰ ਦੂਰ ਹੋ ਜਾਂਦੇ ਨੇ, ਸਾਰੇ ਡਰ। ਗੁਰੂ ਨਾਨਕ ਸਾਹਿਬ ਦੇ ਦਰ ਦੀ ਜੋ ਮਰਿਆਦਾ ਹੈ, ਹੇ ਪ੍ਰਾਣੀ, ਹੇ ਮਨੁੱਖ, ਤੂੰ ਕਿਸੇ ਦੇਵੀ ਦੇਵਤੇ ਦੇ ਅੱਗੇ ਨਾ ਮੰਗ, ਅਰਜੋ ਹੀ ਨਾ ਕਰ, ਕਿਸੇ ਮਣੀ ਮਸਾਣਾ ਦੇ ਕੋਲ ਜਾ ਕੇ ਨਾ ਮੰਗ, ਤੂੰ ਕਿਸੇ ਦਰਖਤ ਦੇ ਅੱਗੇ ਜਾ ਕੇ ਅਰਜ ਨਾ ਕਰ, ਤੂੰ ਮੰਗਣਾ ਉਸ ਦਾਤੇ ਪਾਸੋਂ ਜਿਹੜਾ ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਤੂੰ ਉਸ ਤੋਂ ਮੰਗ, ਉਸ ਤੋਂ ਮੰਗ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ। ਉਸ ਦੀ ਰਹਿਮਤ ਦੇ ਨਾਲ ਜਿਹੜਾ ਖੁਦ ਨਿਰਭਉ ਹੈ ਉਹ ਤੈਨੂੰ ਵੀ ਨਿਰਭਉ ਬਣਾਵੇਗਾ, ਜਿਹੜਾ ਖੁਦ ਨਿਰਵੈਰ ਹੈ ਉਹ ਤੈਨੂੰ ਵੀ ਨਿਰਵੈਰ ਬਣਾਵੇਗਾ, ਜਿਹੜਾ ਖੁਦ ਅਕਾਲ ਹੈ ਉਹ ਤੈਨੂੰ ਵੀ ਅਕਾਲ ਬਣਾ ਦੇਵੇਗਾ, ਜੇ ਉਸ ਦੇ ਚਰਨਾਂ ਵਿੱਚ ਅਰਜ਼ ਕੀਤੀ, ਉਸ ਦੇ ਚਰਨਾਂ 'ਚ। ਹੁਣ ਦੇਖਣਾ
ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜੋ ਅਰਦਾਸ ਦੀ ਮਰਿਆਦਾ ਹੈ ਉਹ ਕਿੱਥੋਂ ਸ਼ੁਰੂ ਹੋਈ ਹੈ? ਤਾਂ ਇਤਿਹਾਸ ਲਿਖਦਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਦੇ ਸਮਾਂ ਤੋਂ ਹੀ ਅਰਦਾਸ ਤੁਰ ਪਈ। ਭਾਵੇਂ ਉਹਦਾ ਰੂਪ ਹੋਰ ਸੀ ਪਰ ਅਰਦਾਸ ਗੁਰੂ ਨਾਨਕ ਸਾਹਿਬ ਵੇਲੇ ਹੀ ਸ਼ੁਰੂ ਹੋ ਗਈ। ਗੁਰੂ ਨਾਨਕ ਸਾਹਿਬ ਦੇ ਦਰ 'ਤੇ ਜਦੋਂ ਸੰਗਤ ਆਉਂਦੀ ਸੀ ਅਤੇ ਕੁਝ ਐਸੇ ਵੀ ਸਿੱਖ ਜਿਹੜੇ ਨਿਰੰਕਾਰ ਨੂੰ ਅਰਦਾਸ ਕਰਦੇ ਸੀ, ਬੇਨਤੀ ਕਰਦੇ ਸੀ, ਹੇ ਪ੍ਰਭੂ ਇਹਨਾਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ, ਇਹਨਾਂ 'ਤੇ ਰਹਿਮਤਾਂ ਪਰਿਆਤ ਰੱਖਣਾ, ਇਹਨਾਂ 'ਤੇ ਬਖਸ਼ਿਸ਼ਾਂ ਕਰਨੀਆਂ, ਅਰਦਾਸ ਦਾ ਰੂਪ। ਧੰਨ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ ਵਿੱਚ ਕੋਈ ਸਿੱਖ ਆਉਂਦਾ ਹੈ ਔਰ ਕਹਿੰਦਾ ਹੈ, ਮਹਾਰਾਜ ਮੈਂ ਇੱਕ ਐਸਾ ਨਗਰ ਵਸਾਉਣਾ ਹੈ ਜੋ ਗੁਰੂ ਸਾਹਿਬਾਨ ਦੇ ਨਾਮ 'ਤੇ, ਪਰ ਇੱਕ ਬਹੁਤ ਵੱਡੀ ਦਿੱਕਤ ਆ ਰਹੀ ਹੈ, ਬਹੁਤ ਵੱਡੀ ਮੁਸੀਬਤ ਆ ਰਹੀ ਹੈ। ਸਤਿਗੁਰੂ ਜੀ ਪੁੱਛਦੇ ਨੇ, ਕੈਸੀ ਮੁਸੀਬਤ ਹੈ? ਉਹ ਸਿੱਖ ਕਹਿੰਦਾ ਹੈ ਕਿ ਜਦੋਂ ਵੀ ਮੈਂ ਇਮਾਰਤ ਬਣਾਉਂਦਾ ਤਾਂ ਰਾਤ ਨੂੰ ਆ ਕੇ ਤੋੜ ਦਿੰਦੇ ਨੇ। ਅਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਅਮਰਦਾਸ ਜੀ ਨੂੰ ਕਹਿੰਦੇ ਨੇ, ਹੁਣ ਤੁਸੀਂ ਅਰਦਾਸ ਕਰੋ, ਇਹ ਨਗਰ ਵਸਾਉਣਾ ਹੈ। ਅਤੇ ਆਪ ਜੀ ਅਰਦਾਸ ਕਿਵੇਂ ਕਰਦੇ ਨੇ? ਕਹਿੰਦੇ ਨੇ, ਹੇ ਪ੍ਰਭੂ, ਹੇ ਨਿਰੰਕਾਰ, ਜਿਹੜੇ ਵੀ ਮਨੁੱਖ ਇਸ ਦੀਵਾਰ ਨੂੰ ਤੋੜਦੇ ਨੇ, ਇਸ ਨਗਰ ਨੂੰ ਵਸਣ ਨਹੀਂ ਦਿੰਦੇ, ਉਹਨਾਂ ਦੇ ਹਿਰਦੇ ਵਿੱਚ ਵੀ ਪ੍ਰੇਮ ਦਾ ਨਿਵਾਸ ਹੋਵੇ, ਉਹਨਾਂ ਦੇ ਹਿਰਦੇ ਵਿੱਚ ਵੀ ਪਿਆਰ ਪੈਦਾ ਹੋਵੇ, ਸ਼ਰਧਾ ਪੈਦਾ ਹੋਵੇ। ਕਹਿੰਦੇ ਨੇ, ਧੰਨ ਗੁਰੂ ਅਮਰਦਾਸ ਸਾਹਿਬ ਜੀ ਇਸ ਤਰ੍ਹਾਂ ਅਰਦਾਸ ਕਰਦੇ ਨੇ, ਹਰ ਇੱਕ ਦਾ ਭਲਾ ਮੰਗ ਰਹੇ ਨੇ, ਹਰ ਇੱਕ ਦਾ ਭਲਾ। ਕਈ ਦਫਾ ਮਨੁੱਖ ਅਰਦਾਸ ਵੀ ਕਰਦਾ ਹੈ, ਗੁਸਤਾਖੀ ਮਾਫ, ਅਰਜ ਨੂੰ ਸਮਝਣਾ ਕਿ ਅਰਦਾਸ ਤਾਂ ਉਸ ਨਿਰੰਕਾਰ ਦੇ ਚਰਨਾਂ ਵਿੱਚ ਕਰ ਰਿਹਾ ਹੈ, ਪਰ ਅਰਦਾਸ ਕੀ ਪਈ ਕਰਦਾ ਹੈ? ਕਹਿੰਦੇ ਨੇ, ਕਿਸੇ ਹੋਰ ਦਾ ਬੁਰਾ ਹੋ ਜਾਵੇ। ਕਹਿੰਦੇ ਨੇ, ਅਰਦਾਸ ਇਹ ਕਬੂਲ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੀ ਜਿਹੜੀ ਅਰਦਾਸ ਹੈ, ਜਿਹੜੀ ਬੇਨਤੀ ਹੈ, ਕਹਿੰਦੇ ਨੇ ਉਹਦੇ ਵਿੱਚ ਸਰਬਤ ਦਾ ਭਲਾ ਹੈ, ਸਰਬਤ ਦਾ ਭਲਾ। ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਸਮਾਂ ਆਉਂਦਾ ਹੈ ਤਾਂ ਉਸ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪੋਥੀ ਸਾਹਿਬ ਦੇ ਰੂਪ ਵਿੱਚ ਮੌਜੂਦ ਸੀ। ਪੋਥੀ ਪਰਮੇਸ਼ਰ ਕਾ ਥਾਂ, ਪੋਥੀ ਸਾਹਿਬ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪੋਥੀ ਸਾਹਿਬ ਦੇ ਅੱਗੇ ਅਰਦਾਸ ਕਰਦੇ ਸੀ, ਬੇਨਤੀਆਂ ਕਰਦੇ ਸੀ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁਝ ਸ਼ਬਦ ਐਸੇ ਵੀ ਨੇ ਕਿ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ ਕੁਝ ਤਕਲੀਫਾਂ ਆਉਂਦੀਆਂ ਨੇ ਜਾਂ ਫਿਰ ਕੋਈ ਕੋਸ਼ਿਸ਼ ਕਰਦਾ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੁੱਖ ਦੇਵਾਂ ਜਾਂ ਫਿਰ ਚੇਚਕ ਦਾ ਰੋਗ ਆਉਂਦਾ ਹੈ, ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਅਰਦਾਸ ਕਰਦੇ ਨੇ, ਬੇਨਤੀਆਂ ਕਰਦੇ ਨੇ। ਔਰ ਆਪ ਜੀ ਕੀ ਫਰਮਾਉਂਦੇ ਨੇ? ਕਹਿੰਦੇ ਨੇ, ਚੇਚਕ ਦਾ ਰੋਗ ਕੋਈ ਦੇਵੀ ਦਾ ਪ੍ਰਕੋਪ ਨਹੀਂ ਹੈ, ਇੱਕ ਰੋਗ ਹੈ। ਅਤੇ ਉੱਥੇ ਸਾਹਿਬ ਜੀ ਇਹ ਇਸ਼ਾਰਾ ਵੀ ਕਰਦੇ ਨੇ ਕਿ ਕਿਤੇ ਐਸਾ ਨਾ ਸਮਝ ਲੈਣਾ ਕਿ ਕਿਸੇ ਦੇਵੀ ਦੇਵਤੇ ਦਾ ਪ੍ਰਕੋਪ ਮਨੁੱਖ 'ਤੇ ਢਹਿ ਸਕਦਾ ਹੈ, ਐਸਾ ਨਹੀਂ ਹੈ, ਇਹ ਰੋਗ ਹੈ, ਬਿਮਾਰੀ। ਔਰ ਜਦੋਂ ਇਹ ਰੋਗ ਠੀਕ ਹੋਇਆ, ਸਤਿਗੁਰੂ ਜੀ ਨੇ ਬਚਨ ਕੀਤਾ, ਸ਼ੀਤਲਾ ਠਾਕ ਰਹਾਈ ਬਿਘਨ ਗਏ ਹਰ ਨਾਈ। ਬਿਘਨ ਕਿਵੇਂ ਖਤਮ ਹੋਏ? ਹਰੀ ਦੀ ਬੰਦਗੀ ਦੇ ਨਾਲ, ਹਰੀ ਦੇ ਸਿਮਰਨ ਦੇ ਨਾਲ, ਹਰੀ ਦੀ ਇਬਾਦਤ ਦੇ ਨਾਲ। ਅਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ਼ੁਕਰਾਨਾ ਕਰਦੇ ਨੇ। ਹੁਣ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਦੇਖਣਾ ਕਿ ਸਿੱਖ ਦਾ ਫਰਜ਼ ਹੈ ਜਨਮ ਤੋਂ ਲੈ ਕਰ ਅਖੀਰ ਤੱਕ, ਓੜਕ ਤੱਕ, ਜੇਕਰ ਮਨੁੱਖ ਭੋਜਨ ਵੀ ਛੱਕ ਰਿਹਾ ਹੈ ਤਾਂ ਵੀ ਅਰਦਾਸ, ਸ਼ੁਕਰਾਨਾ। ਜੇਕਰ ਬੱਚੇ ਦਾ ਜਨਮ ਹੋਇਆ ਤਾਂ ਵੀ ਅਰਦਾਸ, ਸ਼ੁਕਰਾਨਾ। ਜੇਕਰ ਬੱਚੇ ਨੂੰ ਸਕੂਲ ਭੇਜਣਾ ਹੈ ਤਾਂ ਵੀ ਅਰਦਾਸ, ਤਾਂ ਵੀ ਅਰਦਾਸ। ਜੇਕਰ ਬੱਚੇ ਦਾ ਰਿਸ਼ਤਾ ਕਰਨਾ ਹੈ ਉਦੋਂ ਵੀ ਅਰਦਾਸ। ਔਰ ਜੇਕਰ ਘਰ ਵਿੱਚ ਕੋਈ ਐਸਾ ਪਾਣਾ ਵਰਤ ਗਿਆ ਹੈ, ਕਿਸੇ ਦੀ ਯਾਤਰਾ ਸਮਾਪਤ ਹੋ ਗਈ, ਕਹਿੰਦੇ ਨੇ ਫਿਰ ਉੱਥੇ ਵੀ ਅਰਦਾਸ, ਉੱਥੇ ਵੀ ਅਰਦਾਸ। ਹਰ ਵੇਲੇ ਗੁਰੂ ਕਾ ਸਿੱਖ ਅਰਦਾਸ ਦਾ ਸਹਾਰਾ ਲੈਂਦਾ ਹੈ, ਹਰ ਵੇਲੇ
ਉੱਠਦੀ ਹਾਂ, ਬੈਠਦੀ ਹਾਂ, ਅਰਦਾਸ ਦਾ ਸਹਾਰਾ। ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਵੀ ਮਨੁੱਖ ਉੱਠਦੀਆਂ ਬੈਠਦੀਆਂ ਗੁਰੂ ਦਾ ਸ਼ੁਕਰਾਨਾ ਕਰਦਾ ਹੈ, ਧੰਨਵਾਦ ਕਰਦਾ ਹੈ, ਕਹਿੰਦੇ ਨੇ ਸ਼ੁਕਰਾਨਾ ਕਰਦੀਆਂ ਕਰਦੀਆਂ ਐਸਾ ਮਨੁੱਖ ਪ੍ਰਭੂ ਦੇ ਦਰ 'ਤੇ ਕਬੂਲ ਹੋ ਜਾਂਦਾ ਹੈ, ਪ੍ਰਵਾਨ ਹੋ ਜਾਂਦਾ। ਅਰਦਾਸ ਕਰਦੀਆਂ, ਸ਼ੁਕਰਾਨਾ ਕਰਦੀਆਂ। ਤਾਂ ਮੈਂ ਅਰਜ਼ ਕਰ ਰਿਹਾ ਸੀ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਅਰਦਾਸ ਦਾ ਜਿਹੜਾ ਰੂਪ ਹੈ, ਸਰੂਪ ਹੈ, ਉਹ ਬਦਲਦਾ ਗਿਆ, ਬਦਲਦਾ ਗਿਆ, ਅਤੇ ਸਾਡੇ ਤੱਕ ਜਿਹੜਾ ਸਰੂਪ ਪਹੁੰਚਿਆ ਹੈ, ਫਿਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੱਕ ਇਹ ਸਰੂਪ। ਉਸ ਤੋਂ ਬਾਅਦ ਜਿਵੇਂ ਜਿਵੇਂ ਸਮਾਂ ਬਤੀਤ ਹੁੰਦਾ ਗਿਆ, ਫਿਰ ਸਿੱਖਾਂ ਦਾ ਇਤਿਹਾਸ ਵੀ ਜੁੜ ਗਿਆ ਅਰਦਾਸ ਦੇ ਵਿੱਚ। ਫਿਰ ਉਸ ਅਰਦਾਸ ਦੇ ਵਿੱਚ ਸਿੱਖਾਂ ਦੀ ਜਿਹੜੀ ਕੁਛ ਤਲਬ ਹੈ, ਅਭਿਲਾਸ਼ਾ ਹੈ, ਫਿਰ ਉਹ ਵੀ ਜੁੜ ਗਈ ਹੈ, ਉਹ ਵੀ ਜੁੜ ਗਈ। ਅਤੇ ਸੰਪੂਰਨ ਅਰਦਾਸ ਆਪ ਜੀ ਹਰ ਰੋਜ਼ ਸੁਣਦੇ ਹੋ, ਸਵੇਰੇ ਵੀ ਅਤੇ ਸ਼ਾਮ ਨੂੰ ਵੀ। ਕਈ ਦਫ਼ਾ ਜ਼ਹਿਨ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਅਤੇ ਉਸ ਦੇ ਵਿੱਚ ਉਹਨਾਂ ਦਾ ਵੀ ਜ਼ਿਕਰ ਲੈਂਦੇ ਹਾਂ ਜਿਹੜੇ ਸ਼ਹੀਦ ਹੋ ਗਏ ਨੇ, ਅਤੇ ਕੋਈ ਮਨੁੱਖ ਕੀ ਕਹਿੰਦਾ ਹੈ, ਇਹ ਗੌਰ ਕਰਕੇ ਸਮਝਣਾ। ਕਹਿੰਦਾ ਹੈ ਕਿ ਯਾਨੀ ਜੀ ਇੱਕ ਗੱਲ ਦੱਸੋ, ਜਦੋਂ ਘਰ ਵਿੱਚ ਕੋਈ ਖੁਸ਼ੀ ਦਾ ਮਾਹੌਲ ਹੋਵੇ ਅਤੇ ਅਸੀਂ ਅਰਦਾਸ ਕਰਦੇ ਹਾਂ ਅਤੇ ਉਹਨਾਂ ਨੂੰ ਵੀ ਯਾਦ ਕਰਦੇ ਹਾਂ ਜਿਹੜੇ ਸ਼ਹੀਦ ਹੋ ਗਏ ਨੇ, ਅਤੇ ਕੀ ਉਹਨਾਂ ਦਾ ਜ਼ਿਕਰ ਕਰਨਾ ਕਿੱਥੋਂ ਤੱਕ ਠੀਕ ਬਣਦਾ ਹੈ? ਤਾਂ ਮੈਂ ਉਸੇ ਨੂੰ ਪੁੱਛ ਲਿਆ, ਤੂੰ ਦੱਸ ਤੇਰੇ ਵਿਚਾਰ ਕੀ ਕਹਿੰਦੇ ਨੇ। ਤਾਂ ਉਸਨੇ ਜਿਹੜੀ ਗੱਲ ਕਹੀ, ਮੈਂ ਹੈਰਾਨ ਹੋ ਗਿਆ। ਕਹਿਣ ਲੱਗੇ, ਗਿਆਨੀ ਜੀ ਜਦੋਂ ਵੀ ਕਿਸੇ ਦੇ ਘਰ ਵਿੱਚ ਖੁਸ਼ੀ ਦਾ ਪ੍ਰੋਗਰਾਮ ਹੋਵੇ, ਖੁਸ਼ੀ ਦਾ ਮਾਹੌਲ ਹੋਵੇ, ਤਾਂ ਫਿਰ ਸ਼ਹੀਦ ਸਿੰਘਾਂ ਦਾ ਜ਼ਿਕਰ ਕਰਨਾ ਠੀਕ ਨਹੀਂ ਲੱਗਦਾ। ਇਹ ਉਹਨਾਂ ਦੇ ਵਿਚਾਰ। ਮੈਂ ਅਰਜ਼ ਕੀਤੀ, ਹੁਣ ਤੁਸੀਂ ਇਹ ਦੱਸਣਾ ਹੈ ਕਿ ਜਿਨ੍ਹਾਂ ਸਿੰਘਾਂ ਦਾ, ਜਿਹੜੇ ਸ਼ਹੀਦ ਸਿੰਘ ਨੇ, ਉਹਨਾਂ ਦਾ ਜ਼ਿਕਰ ਨਾ ਕਰੀਏ, ਸ਼ਹੀਦੀ ਕਿਹਨਾਂ ਲਈ ਦਿੱਤੀ? ਸਾਡੇ ਲਈ ਦਿੱਤੀ ਹੈ। ਔਰ ਉਹਨਾਂ ਦੀ ਸ਼ਹੀਦੀ ਦੇ ਸਦਕੇ ਅੱਜ ਅਸੀਂ ਬੈਠੇ ਹੋਏ ਹਾਂ, ਬੈਠੇ ਹੋਏ। ਜਦੋਂ ਅਰਦਾਸ ਦੀ ਉਸਨੇ ਵਿਆਖਿਆ ਸੁਣਾਈ, ਅਰਦਾਸ ਦਾ ਕੀ ਭਾਵ ਹੈ, ਫਿਰ ਉਹ ਕਹਿੰਦਾ ਹੈ ਕਿ ਮੁਬਾਰਕ ਹੈ, ਨਮਸਕਾਰ ਹੈ ਐਸੀ ਅਰਦਾਸ ਨੂੰ। ਜਦੋਂ ਵੀ ਅਸੀਂ ਅਰਦਾਸ ਕਰਦੇ ਹਾਂ, ਕੱਲ੍ਹ ਤੋਂ ਮੈਂ ਆਪ ਜੀ ਨੂੰ ਅਰਜ਼ ਕਰਾਂਗਾ ਕਿ ਅਰਦਾਸ ਵੇਲੇ ਜਦੋਂ ਵੀ ਅਸੀਂ ਖੜ੍ਹੇ ਹੁੰਦੇ ਹਾਂ ਅਤੇ ਵਾਰ ਵਾਰ ਅਸੀਂ ਇੱਕ ਸ਼ਬਦ ਨੂੰ ਵਾਰ ਵਾਰ ਅਸੀਂ ਦੁਹਰਾਉਂਦੇ ਹਾਂ, ਵਾਰ ਵਾਰ, ਅਤੇ ਉਹ ਸ਼ਬਦ ਕਿਹੜਾ ਹੈ? ਉਹ ਸ਼ਬਦ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਣਾਂ ਵਿੱਚ ਆਪਣਾ ਧਿਆਨ ਜੋੜ ਕੇ, ਧਿਆਨ ਧਰ ਕੇ ਬੋਲੋ ਸ਼੍ਰੀ ਵਾਹਿਗੁਰੂ। ਕਿ ਅਰਦਾਸ ਕਰਦੀਆਂ ਕਰਦੀਆਂ ਜੇਕਰ ਮਨੁੱਖ ਦੀ ਚੇਤਨਾ ਕਿਤੇ ਬਾਹਰ ਵੀ ਚਲੀ ਗਈ ਹੋਵੇ, ਤਾਂ ਉਸ ਮਨੁੱਖ ਨੂੰ ਅਸੀਂ ਕਹਿੰਦੇ ਹਾਂ ਆਪਣੀ ਚੇਤਨਾ ਨੂੰ ਜੋੜ ਲੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ। ਅਤੇ ਆਪਣੀ ਚੇਤਨਾ ਨੂੰ ਜੋੜ ਕੇ ਫਿਰ ਆਪਣੇ ਰਸਨਾ ਦੇ ਨਾਲ, ਜਵਾਂ ਦੇ ਨਾਲ ਉਚਾਰਨ ਵੀ ਕਰਨਾ ਹੈ ਵਾਹਿਗੁਰੂ। ਵਾਹਿਗੁਰੂ ਦਾ ਉਚਾਰਨ ਕਰਦੀਆਂ ਕਰਦੀਆਂ, ਕਿਉਂਕਿ ਜੇਕਰ ਇਸ ਵਾਹਿਗੁਰੂ ਸ਼ਬਦ ਨੂੰ ਅਸੀਂ ਗੌਰ ਦੇ ਨਾਲ ਸਮਝੀਏ, ਤਾਂ ਹੇ ਗੁਰੂ ਤੂੰ ਵਾਹ ਹੈ, ਵਾਹ ਹੈ, ਵਾਹ ਵਾਹ ਕਰਦੀਆਂ। ਕਹਿੰਦੇ ਨੇ ਮਨੁੱਖ ਦੀ ਅਵਸਥਾ ਬਹੁਤ ਉੱਚੀ ਬਣ ਜਾਂਦੀ ਹੈ। ਇਹ ਵਾਹ ਵੀ ਸ਼ੁਕਰਾਨੇ ਦੇ ਬੋਲ ਨੇ, ਵਾਹ ਹੇ ਪ੍ਰਭੂ ਤੂੰ ਅੱਜ ਨਵਾਂ ਸੂਰਜ ਬਖਸ਼ਿਆ, ਤੂੰ ਵਾਹ, ਹੇ ਪ੍ਰਭੂ ਅੱਜ ਇੱਕ ਨਵਾਂ ਦਿਨ ਬਖਸ਼ਿਆ ਮੈਨੂੰ, ਤੇਰਾ ਧੰਨਵਾਦ ਹੈ। ਹੇ ਪ੍ਰਭੂ ਮੇਰੇ ਸਰੀਰ ਦੇ ਵਿੱਚ ਜਿਹੜੇ ਸਾਹ ਚੱਲ ਰਹੇ ਨੇ, ਤੂੰ ਵਾਹ ਹੈ, ਮੈਂ ਸੁੱਤਾ ਪਿਆ, ਸਾਹ ਚੱਲ ਰਹੇ ਨੇ ਮੇਰੇ। ਕਹਿੰਦੇ ਨੇ ਵਾਹਿਗੁਰੂ ਦਾ ਉਚਾਰਨ ਕਰਦੀਆਂ ਕਰਦੀਆਂ ਮਨੁੱਖ ਦੀ ਅਵਸਥਾ ਬਹੁਤ ਉੱਚੀ ਬਣ ਜਾਂਦੀ ਹੈ, ਬਹੁਤ ਉੱਚੀ। ਧੰਨ ਬਾਬਾ ਨੰਦ ਸਿੰਘ ਜੀ ਕਿਹਾ ਕਰਦੇ ਸੀ ਕਿ ਜੇਕਰ ਮਨੁੱਖ ਇੱਕ ਕਦਮ ਰੱਖਦਾ ਹੈ ਅਤੇ ਵਾਹ ਦਾ ਉਚਾਰਨ ਕਰਦਾ ਹੈ, ਅਤੇ ਦੂਜਾ ਕਦਮ ਰੱਖਦਾ ਹੈ ਅਤੇ ਗੁਰੂ ਦਾ ਉਚਾਰਨ ਕਰਦਾ ਹੈ।
ਜਾਂ ਫਿਰ ਮਨੁੱਖ ਸਾਹ ਲੈਂਦਾ ਹੈ ਵਾਹ ਦਾ ਉਚਾਰਨ, ਸਾਹ ਬਾਹਰ ਛੱਡਦਾ ਹੈ ਗੁਰੂ ਦਾ ਉਚਾਰਨ। ਕਹਿੰਦੇ ਨੇ ਜੇਕਰ ਵਾਹਿਗੁਰੂ ਦਾ ਸਿਮਰਨ ਸਵਾਸਾਂ ਦੇ ਨਾਲ ਜੁੜ ਜਾਵੇ, ਹਰ ਇੱਕ ਸਾਹ ਦੇ ਨਾਲ ਵਾਹਿਗੁਰੂ ਦਾ ਉਚਾਰਨ, ਹਰ ਇੱਕ ਸਾਹ ਦੇ ਨਾਲ, ਕਹਿੰਦੇ ਨੇ ਜਿਵੇਂ ਜਿਵੇਂ ਮਨੁੱਖ ਦੇ ਸਾਹ ਚੱਲਦੇ ਨੇ ਸਿਮਰਨ ਵੀ ਉਸ ਦੇ ਨਾਲ ਜੁੜ ਜਾਂਦਾ ਹੈ, ਸਿਮਰਨ ਵੀ। ਫਿਰ ਮਨੁੱਖ ਭਾਵੇਂ ਬੈਠਾ ਹੈ ਸਿਮਰਨ ਚੱਲ ਰਿਹਾ ਹੈ, ਮਨੁੱਖ ਭਾਵੇਂ ਸੁੱਤਾ ਪਿਆ ਹੈ ਕਹਿੰਦੇ ਨੇ ਸਿਮਰਨ ਚੱਲ ਰਿਹਾ ਹੈ। ਇਹ ਕਿਸ 'ਤੇ ਬਦੌਲਤ? ਕਹਿੰਦੇ ਨੇ ਅਰਦਾਸ 'ਤੇ ਬਦੌਲਤ, ਅਰਦਾਸ 'ਤੇ ਬਦੌਲਤ। ਮੈਂ ਅਖੀਰਲੀ ਗੱਲ ਕਹਿ ਕੇ ਮੈਂ ਫਿਰ ਸਮਾਪਤੀ ਬੁਲਾਉਂਦਾ। ਕਹਿੰਦੇ ਨੇ ਕਿ ਜਦੋਂ ਮਨੁੱਖ ਅਰਦਾਸ ਕਰਦਾ ਹੈ ਉਸ ਵੇਲੇ ਡਿਊਟੀ ਨਿਰੰਕਾਰ ਦੀ ਲੱਗ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਅਗੰਮੀ ਬੋਲ ਨੇ, ਸਾਹਿਬ ਜੀ ਕੀ ਕਹਿੰਦੇ ਨੇ, ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀ ਹੈ। ਤੇਰੇ ਜੀਵਨ ਦੇ ਵਿੱਚ ਬਹੁਤ ਸਾਰੇ ਕੰਮ ਨੇ, ਬਹੁਤ ਸਾਰੇ ਕਾਰਜ ਨੇ, ਹੁਣ ਜੇਕਰ ਉਹ ਕਾਰਜ ਕਰਨੇ ਹਨ ਤਾਂ ਕਿਵੇਂ ਕਰੋਗੇ? ਮਨੁੱਖ ਮਨੁੱਖ ਨੂੰ ਕਹਿ ਦਿੰਦਾ ਹੈ ਕਿ ਆਪ ਜੀ ਨੇ ਇਹ ਕਾਰਜ ਕਰਨਾ ਹੈ, ਮੈਨੂੰ ਸਾਥ ਦੇਣਾ। ਕਹਿੰਦੇ ਨੇ ਮਨੁੱਖ ਵੀ ਵਫਾਦਾਰੀ ਨਿਭਾਉਂਦਾ ਹੈ, ਮਨੁੱਖ ਵੀ, ਪਰ ਜੇ ਗੁਰੂ ਦੇ ਚਰਣਾਂ ਵਿੱਚ ਅਰਦਾਸ ਕੀਤੀ ਹੋਵੇ, ਸਾਹਿਬ ਜੀ ਕਹਿੰਦੇ ਨੇ ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀ ਹੈ, ਤਾਂ ਗੁਰੂ ਨੂੰ ਕਹੇ, ਰੱਬ ਨੂੰ ਕਹੇ। ਕਾਰਜ ਦੇ ਸਮਾਰ ਸਤਿਗੁਰੂ ਸੱਚ ਸਾਖੀ ਹੈ। ਸਤਿਗੁਰੂ ਦਾ ਜਿਹੜਾ ਸ਼ਬਦ ਹੈ ਉਹ ਮਨੁੱਖ ਦੇ ਲੋਕ ਅਤੇ ਪਰਲੋਕ ਨੂੰ ਸੰਵਾਰਦਾ ਹੈ, ਲੋਕ ਅਤੇ ਪਰਲੋਕ ਨੂੰ, ਕਿਉਂਕਿ ਮਨੁੱਖ ਦਾ ਜਿਹੜਾ ਮਨੋਰਥ ਹੈ, ਮਨੁੱਖ ਦਾ ਜਿਹੜਾ ਕਾਰਜ ਹੈ, ਉਸ ਦੀ ਖਬਰ ਸਾਨੂੰ ਗੁਰਬਾਣੀ ਦੇ ਰਹੀ ਹੈ। ਗੁਰਬਾਣੀ, ਜੇਕਰ ਮਨੁੱਖ ਨੂੰ ਪੁੱਛ ਲਿਆ ਜਾਵੇ ਕਿ ਜਗਤ ਵਿੱਚ ਆਉਣ ਦਾ ਤੇਰਾ ਮਨੋਰਥ ਕੀ ਹੈ, ਤਾਂ ਗੁਸਤਾਖੀ ਮਾਫ, ਮਨੁੱਖ ਨੂੰ ਖਬਰ ਹੀ ਨਹੀਂ ਹੈ। ਸਾਹਿਬ ਜੀ ਕੀ ਕਹਿੰਦੇ ਨੇ, ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੋ ਫਕੜੈ ਸਭ ਮੁੱਕਦੀ ਚੱਲੀ ਰਹਿਣ, ਸਭ ਮੁੱਕਦੀ ਚੱਲੀ ਰਹਿਣ। ਤੇਰੇ ਜਿਹੜੇ ਸਵਾਸ ਨੇ ਉਹ ਕਿਵੇਂ ਜਾ ਰਹੇ ਨੇ, ਕਿਵੇਂ ਮੁੱਕ ਰਹੇ ਨੇ? ਸਾਹਿਬ ਜੀ ਕਹਿੰਦੇ ਨੇ ਜਿਵੇਂ ਨਦੀ ਦੇ ਵਿੱਚੋਂ ਪਾਣੀ ਵਹਿ ਰਿਹਾ ਹੈ, ਪਾਣੀ ਉਸੇ ਤਰ੍ਹਾਂ ਸਾਡੇ ਸਾਹ ਮੁੱਕਦੇ ਜਾ ਰਹੇ ਨੇ, ਪਰ ਫਿਰ ਵੀ ਮਨੁੱਖ ਨੂੰ ਖਬਰ ਨਹੀਂ ਹੈ। ਸਾਹਿਬ ਜੀ ਕਹਿੰਦੇ ਨੇ ਨਦੀ ਦੇ ਵਿੱਚੋਂ ਪਾਣੀ ਵਹਿ ਰਿਹਾ ਹੈ, ਬਹਿਤੀ ਜਾ ਕਦੇ ਦ੍ਰਿਸ਼ਟ ਨਿਧਾਰਤ। ਮਨੁੱਖ ਕਦੇ ਇਹ ਨਹੀਂ ਸੋਚਦਾ ਕਿ ਮੇਰੀ ਉਮਰ ਮੁੱਕਦੀ ਜਾ ਰਹੀ ਹੈ, ਉਮਰ ਮੁੱਕਦੀ ਜਾ ਰਹੀ, ਮੌਤ ਕਰੀਬ ਆ ਰਹੀ ਹੈ, ਉਮਰ ਮੁੱਕਦੀ ਜਾ ਰਹੀ। ਬਹਿਤੀ ਜਾਤ ਕਦੇ ਦ੍ਰਿਸ਼ਟ ਨਿਧਾਰਤ, ਅਤੇ ਮਨੁੱਖ ਦੀ ਦ੍ਰਿਸ਼ਟੀ ਕਿੱਥੇ ਹੈ, ਮਨੁੱਖ ਦੀ ਚੇਤਨਾ ਕਿੱਥੇ? ਸਾਹਿਬ ਜੀ ਕਹਿੰਦੇ ਨੇ ਮਿਥਿਆ ਮੋਹ ਬੰਧੈ ਨਿਤ ਪਾਰਚ। ਮਨੁੱਖ ਐਸੇ ਮੋਹ ਦੇ ਨਾੜ ਬੰਨਿਆ ਗਿਆ, ਮਿਥਿਆ ਮੋਹ, ਇਹ ਮੇਰਾ ਹੈ, ਇਹ ਮੇਰਾ ਹੈ, ਮੋਹ ਦੇ ਵਿੱਚ ਬੰਨਿਆ ਗਿਆ, ਮੋਹ ਦੇ ਵਿੱਚ। ਮੈਂ ਆਪ ਜੀ ਨੂੰ ਜ਼ਿਕਰ ਕੀਤਾ ਸੀ ਕਿ ਅਕਬਰ ਧੰਨ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਵਿੱਚ ਵੀ ਆਉਂਦਾ ਸੀ, ਅਰਦਾਸ ਕਰਦਾ ਸੀ ਇੱਕ ਪੁੱਤਰ ਚਾਹੀਦਾ ਹੈ। ਜਦੋਂ ਪੁੱਤਰ ਦੀ ਦਾਤ ਮਿਲੀ ਤਾਂ ਅਕਬਰ ਉਸ ਨੂੰ ਬਹੁਤ ਪ੍ਰੇਮ ਕਰਦਾ ਹੈ, ਬਹੁਤ, ਸਲੀਮ ਉਸਦਾ ਨਾਮ ਹੈ। ਅਤੇ ਇੱਕ ਦਫ਼ਾ ਘਰ ਦੀ ਨੌਕਰਾਨੀ ਨੂੰ ਕਹਿੰਦਾ ਹੈ ਕਿ ਖੁਦਾ ਨੇ ਜਿਹੜੀ ਇਹ ਦਾਤ ਬਖਸ਼ੀ ਹੈ, ਪੁੱਤਰ ਦੀ ਦਾਤ ਬਖਸ਼ੀ ਹੈ, ਅਤੇ ਮੇਰੀ ਨਿਗਾਹ ਦੇ ਵਿੱਚ ਸੰਸਾਰ ਦੇ ਵਿੱਚ ਸਲੀਮ ਤੋਂ ਖੂਬਸੂਰਤ ਕੋਈ ਨਹੀਂ ਹੋਵੇਗਾ। ਨੌਕਰਾਨੀ ਕਹਿੰਦੀ ਹੈ ਮਹਾਰਾਜ ਵਾਕਈ ਸਲੀਮ ਤੋਂ ਖੂਬਸੂਰਤ ਕੋਈ ਨਹੀਂ ਹੈ, ਕੋਈ ਨਹੀਂ, ਇਹ ਤਾਂ ਮੈਂ ਵੀ ਕਹਿੰਦੀ ਹਾਂ। ਅਕਬਰ ਬੜਾ ਖੁਸ਼ ਹੁੰਦਾ ਹੈ, ਕਹਿੰਦਾ ਹੈ ਨੌਕਰਾਨੀ ਨੂੰ, ਕਹਿੰਦਾ ਹੈ ਜੇਕਰ ਤੂੰ ਸਲੀਮ ਤੋਂ ਵੀ ਸੁੰਦਰ ਕੋਈ ਬੱਚਾ ਲੱਭ ਕੇ ਲਿਆਵੇਂ ਤਾਂ ਮੈਂ ਤੈਨੂੰ ਵੀ ਇਨਾਮ ਦੇਵਾਂਗਾ, ਬੱਚੇ ਨੂੰ ਵੀ ਇਨਾਮ ਦੇਵਾਂਗਾ, ਪਰ ਹੋਵੇ ਸਲੀਮ ਤੋਂ ਵੀ ਵੱਧ ਖੂਬਸੂਰਤ। ਉਹ ਨੌਕਰਾਨੀ ਆਗਰੇ ਦੇ ਸ਼ਹਿਰ ਵਿੱਚ ਘੁੰਮਦੀ ਹੈ, ਘੁੰਮਦੀ ਹੈ, ਔਰ ਘੁੰਮਦੀਆਂ ਘੁੰਮਦੀਆਂ
ਅਖੀਰ ਵਿੱਚ ਇੱਕ ਬੱਚੇ ਨੂੰ ਲੈ ਕੇ ਆਉਂਦੀ ਹੈ ਔਰ ਅਕਬਰ ਨੂੰ ਆ ਕੇ ਕਹਿੰਦੀ ਹੈ, ਮਹਾਰਾਜ ਇਹ ਬੱਚਾ ਸਲੀਮ ਤੋਂ ਵੀ ਵੱਧ ਖੂਬਸੂਰਤ ਹੈ, ਸਲੀਮ ਤੋਂ। ਅਕਬਰ ਬੜਾ ਹੈਰਾਨ ਹੋਇਆ, ਇਹ ਕੌਣ ਬੱਚਾ ਹੈ? ਇੱਕ ਐਸੀ ਚਾਦਰ ਵਿੱਚ ਲਪੇਟਿਆ ਹੋਇਆ ਹੈ ਜਿਹੜੀ ਚਾਦਰ ਬਹੁਤ ਮੈਲੀ ਕੁਚੇਲੀ ਫਟੀ ਹੋਈ ਚਾਦਰ ਹੈ, ਫਿਰ ਇਹਦੇ ਵਿੱਚ ਐਸਾ ਬੱਚਾ ਹੋਵੇਗਾ ਜੋ ਸਲੀਮ ਤੋਂ ਵੀ ਖੂਬਸੂਰਤ ਹੋਵੇਗਾ? ਮੈਨੂੰ ਨਹੀਂ ਲੱਗਦਾ। ਜਦੋਂ ਉਹ ਗੰਦਾ ਕੱਪੜਾ ਹਟਾਉਂਦੀ ਹੈ, ਇੱਕ ਐਸਾ ਬੱਚਾ ਜਿਹਦੇ ਕੱਪੜੇ ਵੀ ਫਟੇ ਨੇ, ਪੁਰਾਣੇ ਨੇ, ਮੈਲੇ ਕੁਚੇਲੇ, ਔਰ ਉਸਨੂੰ ਅਕਬਰ ਦੇ ਸਾਹਮਣੇ ਰੱਖਦੀ, ਕਹਿੰਦੀ ਇਹ ਬੱਚਾ ਸਲੀਮ ਤੋਂ ਵੀ ਖੂਬਸੂਰਤ ਹੈ। ਅਕਬਰ ਕਹਿੰਦਾ ਹੈ, ਇਹ ਬੱਚਾ ਕਿੱਥੋਂ ਲਿਆਈ ਹੈ? ਨੌਕਰਾਂ ਨੇ ਕਹਿੰਦੀ ਮੇਰਾ ਬੱਚਾ ਹੈ, ਮੇਰਾ ਬੱਚਾ ਹੈ। ਕਿਉਂਕਿ ਮਾਂ ਦੇ ਹਿਰਦੇ ਵਿੱਚ ਜਿਹੜੀ ਮਮਤਾ ਹੈ ਉਹ ਇਤਨੀ ਪਿਆਰੀ ਹੈ, ਉਹ ਕਹਿ ਦਿੰਦੀ ਹੈ, ਸੂਰਜ ਨੂੰ ਵੀ ਕਹਿ ਦਿੰਦੀ ਹੈ ਕਿ ਹੇ ਸੂਰਜ, ਮੇਰੇ ਬੱਚੇ ਦੇ ਮੁਖੜੇ ਦੇ ਸਾਹਮਣੇ ਤੇਰਾ ਪ੍ਰਕਾਸ਼ ਵੀ ਫਿੱਕਾ ਹੈ, ਤੇਰੀ ਰੋਸ਼ਨੀ ਵੀ ਫਿੱਕੀ ਹੈ ਮੇਰੇ ਬੱਚੇ ਦੇ ਮੁਖੜੇ ਦੇ ਸਾਹਮਣੇ। ਭਾਵੇਂ ਬੱਚਾ ਕੈਸਾ ਵੀ ਹੋਵੇ, ਮਾਂ ਨੂੰ ਬਹੁਤ ਪਿਆਰਾ ਲੱਗਦਾ ਹੈ। ਤਾਂ ਮੈਂ ਅਰਜ਼ ਕਰ ਰਿਹਾ ਸੀ ਕਿ ਉਸ ਦਿਨ ਅਕਬਰ ਵੀ ਝੁੱਕ ਗਿਆ, ਝੁੱਕ ਗਿਆ ਔਰ ਕਿਹਾ ਕਿ ਵਾਕਈ ਹੀ ਹਰ ਇੱਕ ਮਾਂ ਨੂੰ ਆਪਣਾ ਬੱਚਾ ਪਿਆਰਾ ਹੈ। ਮੈਂ ਅਰਜ਼ ਕਰ ਰਿਹਾ ਸੀ, ਮੋਹ ਮਨੁੱਖ ਦਾ ਜਿਹੜਾ ਸਮਾਂ ਬੀਤ ਰਿਹਾ ਹੈ, ਮਿੱਥਿਆ ਮੋਹ ਬੰਧੇ ਨਿਤ ਪਾਰਚ, ਔਰ ਆਪਣੇ ਆਪ ਨੂੰ ਮਨੁੱਖ ਖੁਸ਼ ਕਰਦਾ ਰਹਿੰਦਾ ਹੈ, ਉਮਰ ਲੰਘਦੀ ਜਾ ਰਹੀ ਹੈ, ਲੰਘਦੀ ਜਾ ਰਹੀ। ਹੁਣ ਇਸ ਮੋਹ ਤੋਂ ਕਿਵੇਂ ਬਚਣਾ ਹੈ? ਸਾਹਿਬ ਜੀ ਕਹਿੰਦੇ ਨੇ, ਮਾਧਵੈ ਭਜ ਦਿਨ ਨਿਤ ਰੈਣੀ, ਜਨਮ ਪਧਾਰਤ ਜੀਤ ਹਰ ਸ਼ਰਣੀ। ਜੇਕਰ ਆਪਣੇ ਅਨਮੋਲ ਜੀਵਨ ਨੂੰ ਜਿੱਤਣਾ ਹੈ ਤਾਂ ਫਿਰ ਤੂੰ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰ। ਜੇ ਅਨਮੋਲ ਜੀਵਨ ਨੂੰ ਜਿੱਤਣਾ ਹੈ ਫਿਰ ਸੰਗਤ ਕਰ ਔਰ ਸਿਮਰਨ ਕਰ, ਅਨਮੋਲ ਜੀਵਨ ਨੂੰ ਜਿੱਤਣਾ ਹੈ ਤਾਂ, ਨਹੀਂ ਤਾਂ ਜੀਵਨ ਦੀ ਬਾਜੀ ਤੂੰ ਹਾਰ ਕੇ ਜਾ ਰਿਹਾ ਹੈ, ਹਾਰ ਕੇ। ਕਬੀਰ ਸਾਹਿਬ ਦੇ ਜੀਵਨ ਦੀ ਇੱਕ ਗੱਲ ਮੈਨੂੰ ਚੇਤੇ ਆ ਗਈ, ਮੈਂ ਉਹ ਵੀ ਅਰਜ਼ ਕਰ ਦਵਾਂ। ਕਹਿੰਦੇ ਨੇ ਕਬੀਰ ਸਾਹਿਬ ਜੀ ਕਹਿੰਦੇ ਨੇ, ਕਿਸ਼ਤੀ ਅਰਥੀ ਜਾ ਰਹੀ ਹੈ, ਕਿਸ਼ਤੀ ਮੌਤ ਹੋਈ ਹੈ। ਕਹਿੰਦੇ ਨੇ ਮਨੁੱਖ ਕਹਿੰਦਾ ਹੈ, ਮਹਾਰਾਜ ਨਾਮ ਦਾ ਤਾਂ ਪਤਾ ਨਹੀਂ ਪਰ ਆਪਣੇ ਹੀ ਇਲਾਕੇ ਦਾ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਨੇ, ਹੋਵੇਗਾ ਕੋਈ ਜੁਆਰੀ, ਜ਼ਰੂਰ ਕੋਈ ਜੁਆਰੀ ਹੋਵੇਗਾ, ਔਰ ਜ਼ਿੰਦਗੀ ਦੀ ਬਾਜੀ ਹਾਰ ਕੇ ਜਾ ਰਿਹਾ ਹੈ, ਹਾਰ ਕੇ ਜਾ ਰਿਹਾ। ਲੋਕ ਪੁੱਛਦੇ ਨੇ, ਮਹਾਰਾਜ ਇਸਨੇ ਕਦੇ ਜੂਆ ਨਹੀਂ ਖੇਡੀ? ਕਬੀਰ ਸਾਹਿਬ ਜੀ ਕਹਿੰਦੇ ਨੇ, ਮੈਂ ਸੰਸਾਰਿਕ ਜੂਏ ਦੀ ਗੱਲ ਨਹੀਂ ਕਰਦਾ, ਮੈਂ ਅਧਿਆਤਮਿਕ ਜੀਵਨ ਦੀ ਗੱਲ ਕਰ ਰਿਹਾ, ਅਧਿਆਤਮਿਕ ਜੀਵਨ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿਤ ਕਬੀਰ ਜੀਤ ਕੈ ਹਾਰ, ਬਹੁਬਿਧ ਕਹੋ ਪੁਕਾਰ ਪੁਕਾਰ। ਮੈਂ ਪੁਕਾਰ ਪੁਕਾਰ ਕੇ ਕਹਿ ਰਿਹਾ, ਹੁਣ ਤੂੰ ਮੈਨੂੰ ਦੱਸ, ਤੂੰ ਬਾਜੀ ਜਿੱਤ ਕੇ ਜਾ ਰਿਹਾ ਹੈ ਜਾਂ ਜੀਵਨ ਦੀ ਬਾਜੀ ਹਾਰ ਕੇ ਜਾ ਰਿਹਾ? ਕਹਿੰਦੇ ਨੇ ਹਾਰ ਕੇ ਜਾ ਰਿਹਾ। ਸਾਹਿਬ ਜੀ ਕਹਿੰਦੇ ਨੇ, ਜੇ ਜੀਵਨ ਦੀ ਬਾਜੀ ਜਿੱਤਣੀ ਹੈ ਤਾਂ ਫਿਰ ਤੂੰ ਗੁਰੂ ਦੀ ਸੰਗਤ ਵਿੱਚ ਆ, ਜੇ ਜੀਵਨ ਦੀ ਬਾਜੀ ਜਿੱਤਣੀ ਹੈ ਗੁਰੂ ਕਾ ਸਿਮਰਨ ਕਰ, ਜੇ ਜੀਵਨ ਦੀ ਬਾਜੀ ਜਿੱਤਣੀ ਹੈ ਤਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ, ਅਰਦਾਸ ਕਰ। ਸਾਹਿਬ ਜੀ ਦੇ ਇਹ ਬੋਲ ਨੇ, ਸਾਹਿਬ ਜੀ ਫਰਮਾਉਂਦੇ ਨੇ, ਬਿਨਤ ਕਰੋ ਅਰਦਾਸ ਸੁਣੋ, ਜੇ ਠਾਕੁਰ ਭਾਵੈ ਦੇਹ।